ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਜਾਰੀ ਅੱਜ ਰੱਖਿਆ ਹੋਇਆ। ਸਟੂਡੀਓ ਦੇ ਵਿੱਚ ਮੌਜੂਦ ਨੇ ਮਨਜੀਤ ਸਿੰਘ ਜੀ ਕੇ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਹੋਰ ਜੀ। ਹੁਣ ਸਵਾਲ ਲੈ ਲੈਂਦੇ ਹਾਂ ਪਰਮਜੀਤ ਸਿੰਘ ਰਾਣਾ ਹੋਰ ਤੋਂ ਜੀ ਵੀ, ਕਿਵੇਂ ਚੱਲ ਰਿਹਾ ਧਰਮ ਪ੍ਰਚਾਰ? ਬਹੁਤ ਕਿਰਪਾ ਗੁਰੂ ਜੀ ਜੀ, ਔਰ ਪਿਛਲੇ ਦਿਨ ਅਸੀਂ ਸ਼ਤਾਬਦੀਆਂ ਮਨਾਈਆਂ ਬਾਬਾ ਬੰਦਾ ਸਿੰਘ ਬਹਾਦਰ ਦੀ, ਔਰ ਹੁਣ ਅਸੀਂ 550 ਸਾਲਾਂ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਵੱਲ ਜਾ ਰਹੇ ਹਾਂ। ਔਰ ਅੰਬੈਸਡਰ ਆਫ ਗੁਰੂ ਨਾਨਕ ਜਿਹੜਾ ਫੈਸਲਾ ਲਿਆ ਪ੍ਰਧਾਨ ਸਾਹਿਬ ਨੇ ਕਿ 10 ਸਾਲ ਤੋਂ ਲੈ ਕੇ 15-20 ਸਾਲ ਦਾ ਬੱਚਾ ਅਸੀਂ ਅੰਬੈਸਡਰ ਆਫ ਗੁਰੂ ਨਾਨਕ ਨਾਂ ਤੋਂ ਇੰਟਰੋਡਿਊਸ ਕਰਾਂਗੇ, ਜਿਹੜਾ ਗੁਰੂ ਨਾਨਕ ਦਾ ਬੈਸਿਕ ਘਰ ਘਰ ਵਜਾਏਗਾ। ਜਪਜੀ ਸਾਹਿਬ ਦਾ ਪਾਠ ਤਕਰੀਬਨ ਹਰ ਬੱਚੇ ਨੂੰ, ਚਾਹੇ ਗੁਟਕੇ ਤੋਂ ਪੜ੍ਹੇ ਅਤੇ ਚਾਹੇ ਉਹ ਕੰਡ ਕਰੇ, ਉਹਦੇ ਵਿੱਚ ਦੋ ਕੰਪੀਟੀਸ਼ਨ ਬਣਾਏ ਜਾਣਗੇ। ਸੋ ਇਹ ਕਈ ਪ੍ਰੋਗਰਾਮ ਲੈ ਕੇ ਅਸੀਂ ਆਪਦੇ ਕੋਲ ਆਵਾਂਗੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 200 ਸਾਲਾ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਤਾਬਦੀ ਆ ਰਹੀ ਹੈ, ਉਹ ਵੀ ਦਿੱਲੀ ਕਮੇਟੀ ਬੜੇ ਵੱਡੇ ਪੱਧਰ 'ਤੇ ਮਨਾਏਗੀ। ਹੁਣ ਜਲਦ ਤੋਂ ਜਲਦ ਜਿਹੜੀ ਇਸ 2 ਮਹੀਨਿਆਂ ਵਿੱਚ ਆਉਣ ਵਾਲੀ ਹੈ, ਉਹ 300 ਸਾਲਾ ਅਤੇ ਡੈਥ ਐਨਵਰਸਰੀ ਹੈ ਭਾਈ ਘਨੱਈਆ ਜੀ ਦੀ, ਉਹ ਵੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਸੇਵਾ ਪੰਥੀ ਸੰਪਰਦਾ ਦੇ ਨਾਲ ਮਿਲ ਕੇ ਬਹੁਤ ਵੱਡੇ ਪੱਧਰ 'ਤੇ ਮਨਾ ਰਹੀ ਹੈ। ਔਰ ਲਗਾਤਾਰ ਇਹ ਪ੍ਰੋਗਰਾਮ ਸਾਡੇ ਚੱਲਦੇ ਆ ਰਹੇ ਜਿਹੜੇ ਆਪ ਦੇਖਦੇ ਰਹਿੰਦੇ ਹੋ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੈਮੀਨਾਰਸ, ਕੀਰਤਨ ਦਰਬਾਰ ਰਾਹੀਂ ਸੰਗਤ ਦੇ ਨਾਲ ਜੁੜ ਸਕੀਏ, ਖਾਸ ਕਰਕੇ ਯੂਥ ਨੂੰ, ਕਿਉਂਕਿ ਗੱਤਕਾ ਇੱਕ ਹੁਣ ਸਾਡੇ 'ਚੋਂ ਵਿਚਰਦਾ ਜਾ ਰਿਹਾ ਸੀਗਾ, ਦੁਬਾਰਾ ਤੋਂ ਸੁਰਜੀਤ ਕੀਤਾ। ਔਰ ਦਿੱਲੀ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸਲੇ ਗੱਤਕੇ ਦੀ ਜਿਹੜੀ ਪ੍ਰਚਲਿਤਾ ਦੁਬਾਰਾ ਤੋਂ ਹੋਈ ਹੈ, ਔਰ ਇੰਟਰਨੈਸ਼ਨਲ ਲੈਵਲ 'ਤੇ ਗੇਮਸ ਦੇ ਵਿੱਚ ਵੀ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ। ਸਾਡੇ ਹਰ ਸਕੂਲ ਦੇ ਵਿੱਚ ਗੱਤਕਾ ਇਸਲੇ ਸਿਖਾਇਆ ਜਾ ਰਿਹਾ। ਸੋ ਮੈਨੂੰ ਲੱਗਦਾ ਕਿ ਜਿਹੜੇ ਯੂਥ ਦੇ ਪ੍ਰੋਗਰਾਮਸ ਨੇ, ਜਿਹੜੇ ਇੱਦਾਂ ਦੇ ਸ਼ੋਜ਼ ਨੇ, ਜਿਹੜੇ ਕੁਸ਼ਚਨ ਆਨਸਰ ਕੁਇਜ਼ ਕੰਪੀਟੀਸ਼ਨਸ ਨੇ, ਉਹ ਬੜੇ ਤੇਜ਼ ਚਲਾਏ ਨੇ ਅਸੀਂ, ਤਾਂ ਕਿ ਆਉਣ ਵਾਲੇ ਜਿਹੜੀ ਸ਼ਤਾਬਦੀ ਆ ਰਹੀ ਹੈ, ਬੱਚਾ ਐਜੂਕੇਟ ਵੀ ਹੋਵੇ ਔਰ ਆਪਣੇ ਧਰਮ ਦੇ ਵਿਰਸੇ ਨਾਲ ਜੁੜੇ। ਉੱਥੇ ਨਾਲ ਹੀ ਅਸੀਂ ਇਸ ਵੇਲੇ ਦਿੱਲੀ ਦੇ ਵਿੱਚ ਇੱਕ ਓਲਡ ਏਜ ਹੋਮ ਚਲਾ ਰਹੇ ਹਾਂ, ਜਿਹਦੇ ਵਿੱਚ ਬਜ਼ੁਰਗਾਂ ਨੂੰ ਅਸੀਂ ਸੰਭਾਲ ਕਰਦੇ ਹਾਂ। ਨੋ, ਉਹਨਾਂ ਦਾ ਕੋਈ ਚਾਰਜਸ ਨਹੀਂ ਲੈਂਦੇ, ਸਿਰਫ ਜਿਹੜੇ ਵੈਸੇ ਹੋਣੇ ਨਹੀਂ ਚਾਹੀਦੇ ਓਲਡ ਏਜ ਹੋਮ, ਬਟ ਜੇ ਕੋਈ ਆਪਣੇ ਪਰਿਵਾਰ ਤੋਂ ਵਿੱਚ ਨਹੀਂ ਬੈਠਾ ਪਾ ਲਿਆ ਇਕੱਠਾ, ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਬੜੇ ਵੱਡੇ ਪੱਧਰ 'ਤੇ ਓਲਡ ਏਜ ਹੋਮ, ਔਰ ਉੱਤੇ ਯੂਥ ਨੂੰ ਅਸੀਂ ਖਾਸ ਕਰਕੇ ਭੇਜਦੇ ਹਾਂ ਤਾਂ ਕਿ ਉਹਨਾਂ ਨਾਲ ਇੰਟਰੈਕਸ਼ਨ ਕਰਨ ਔਰ ਅੱਗੋਂ ਆਪਣੇ ਬਜ਼ੁਰਗਾਂ ਨੂੰ ਸੰਭਾਲ ਸਕਣ। ਇੱਕ ਜ਼ਹਿਨ ਦੇ ਵਿੱਚ ਸਾਰਿਆਂ ਦੇ ਤੁਹਾਡੇ ਲਈ ਰਹਿੰਦਾ ਕੁਐਸਚਨ ਕਿ ਜਿੰਨੀ ਤੁਸੀਂ ਕੰਮ ਦੀਆਂ ਲਿਸਟਾਂ ਜਿਹੜੀਆਂ ਸੁਣਵਾਈਆਂ ਕਿ ਇਹ ਧਰਮ ਪ੍ਰਚਾਰ ਦੇ ਲਈ ਤੁਸੀਂ ਕਰ ਰਹੇ ਹੋ, ਫਿਰ ਕਿਉਂ ਲੋੜ ਪਈ ਕੌਂਸਲਰ ਨਿਗਮ ਪਾਰਸ਼ਦ ਦੀ ਇਲੈਕਸ਼ਨ ਲੜਨ ਦੀ? ਮੇਰੇ ਖਿਆਲ ਇਹ ਪਾਰਟੀ ਦਾ ਹੁਕਮ ਸੀਗਾ ਉਸ ਵੇਲੇ ਉੱਥੋਂ ਇਲੈਕਸ਼ਨ ਲੜਨ ਦਾ, ਅਤੇ ਪਾਰਟੀ ਦੇ ਉੱਤੇ ਜਿਵੇਂ ਅਸੀਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਲੈਕਸ਼ਨ ਲੜੀ ਹੈ, ਔਰ ਕਿਉਂਕਿ ਸਾਡੀ ਸਰਕਾਰ ਦੇ ਵਿੱਚ ਸਾਡੀ ਭਾਗੀਦਾਰੀ ਘੱਟਦੀ ਜਾ ਰਹੀ ਹੈ। ਤੁਸੀਂ ਦੇਖੋ ਸਾਡੇ ਬੱਚੇ IAS ਅਤੇ IPS ਦੇ ਇਗਜ਼ਾਮਾਂ ਵਿੱਚ ਨਹੀਂ ਅੱਗੇ ਆ ਰਹੇ, ਸਾਡੀ ਦੂਜੀ ਭਾਈਵਾਲਤਾ ਵੀ ਘੱਟਦੀ ਜਾ ਰਹੀ ਹੈ, ਸਾਡੇ ਜਿਹੜੇ ਅਫਸਰ ਸਾਹਿਬਾਨ ਨੇ ਉਹ ਵੀ ਘੱਟਦੇ ਜਾ ਰਹੇ ਨੇ, ਅਤੇ ਸਿਆਸੀ ਤੌਰ ਦੇ ਉੱਤੇ ਕਿਉਂਕਿ ਦਿੱਲੀ ਵਿੱਚ ਸਾਡਾ ਗਠਬੰਧਨ ਹੈ ਔਰ ਦਿੱਲੀ ਤੋਂ ਲੈ ਕੇ ਪੰਜਾਬ ਤੋਂ ਸਾਡਾ ਜੜਜੋੜ ਹੈ, ਉਹਦੇ ਵਿੱਚ ਲੋੜ ਸੀ ਕਿ ਦਿੱਲੀ ਦੇ ਵਿੱਚ ਜਿਹੜੇ ਸਾਡੇ ਰੁਕਦੇ ਕੰਮ ਸਨ, ਜਿਹੜੇ ਸਾਡੀਆਂ ਪ੍ਰੋਬਲਮ ਸਨ, ਸਰਕਾਰ ਹੀ ਸਾਡੀ ਭਾਗੀਦਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਕਤ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੇ ਆਪਣੇ ਕਈ ਮਸਲੇ ਨੇ ਜਿਹੜੇ ਜਦ ਤੱਕ ਅਸੀਂ ਹਾਊਸ 'ਚ ਜਾ ਕੇ ਬੋਲਾਂਗੇ ਨਹੀਂ, ਅਤੇ NDMC ਦੇ ਵਿੱਚ ਔਰ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਸਿੱਖਾਂ ਦੀ ਇੱਕ ਡੈਲੀਗੇਸ਼ਨ ਸਿੱਖਾਂ ਦੀ ਜਮਾਤ ਦੇ ਰਿਪ੍ਰੈਜ਼ੈਂਟੇਟਿਵ। ਹੁਣ ਇੱਕ ਗੱਲ ਹੋਰ ਦੱਸੋ, ਤੁਸੀਂ ਕਹਿ ਰਹੇ ਹੋ ਕਿ ਸਾਨੂੰ ਉਹਨਾਂ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈਗਾ, ਅਤੇ ਕੌਂਸਲਰ ਦੀ ਜੇਕਰ ਗੱਲ ਕਰੀਏ, ਨਿਗਮ ਪਾਰਸ਼ਦਾਂ ਦੀ ਗੱਲ ਕਰੀਏ, ਤਾਂ ਮੈਕਸੀਮਮ ਤਾਦਾਦ BJP ਦੇ ਨਿਗਮ ਪਾਰਸ਼ਦਾਂ ਦੀ ਹੈਗੀ ਹੈ, ਠੀਕ ਹੈ, ਅਤੇ ਉਹ ਮੰਨਦੇ ਨੇ ਤੁਹਾਨੂੰ ਹਿੰਦੂ, ਤੁਸੀਂ ਹਿੰਦੂ ਹੋ ਕਿ ਸਿੱਖ ਹੋ? ਤੁਹਾਨੂੰ ਯਾਦ ਹੋਗਾ ਜਿਸਲੇ ਮੈਂ ਪਹਿਲੀ ਵਾਰ ਸ਼ਪਥ ਲਈ ਸੀ, ਹਾਂ, ਅਤੇ ਮੈਂ ਸ਼ੁਰੂ ਕੀਤਾ ਸੀ ਦੇਖ ਦੇਖ ਫਤਿਹ, ਔਰ ਜਦ ਸ਼ਪਥ ਦੀ ਸਮਾਪਤੀ ਕੀਤੀ ਸੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਹੀ ਸੀ, ਔਰ ਮੈਂ ਜਿਸ ਸਰੂਪ ਵਿੱਚ ਹੈਗਾ ਇਸ ਸਰੂਪ ਦੇ ਵਿੱਚ ਹਾਊਸ ਜਾਣਾ, ਪੰਜਾਬੀ ਦੇ ਵਿੱਚ ਸ਼ਪਥ ਲਈ ਹੈ, ਮੇਰੇ ਸਾਈਨ ਜਿਹੜੇ ਪੰਜਾਬੀ 'ਚ ਨੇ, ਮੇਰੇ ਏਰੀਆ ਦੇ ਵਿੱਚ 900 ਸਾਈਨ ਬੋਰਡ ਨੇ, ਉਹ ਸਾਰੇ ਗੁਰਮੁਖੀ 'ਚ ਨੇ, ਇਹ ਪਹਿਲੀ ਵਾਰ ਹੋਇਆ। ਚਲੋ, ਉਸ ਤੋਂ ਬਾਅਦ ਗੁਰੂਆਂ ਦੇ ਜਿਹੜੇ, ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਨੂੰ ਬਿਲਕੁਲ ਹਿੰਦੂ ਨਹੀਂ ਮੰਨਦੇ, ਅਸੀਂ ਸਿੱਖ ਹਾਂ, ਕਿਸੇ ਦੇ ਮੰਨਣ ਨਾਲ ਕੁਛ ਨਹੀਂ ਹੁੰਦਾ, ਗੁਰੂ ਦੀ ਲਾਡਲੀ ਫੌਜ ਹੈ, ਇਸ ਨੂੰ ਕੋਈ ਕਿਸੇ ਦੇ ਮੰਨਣ 'ਤੇ ਨਹੀਂ ਹੋ ਸਕਦਾ। ਚਲੋ, ਮੈਂ ਇਹ ਵੀ ਦਰਖਾਸਤ ਕਰਾਂਗੇ ਜਲਦ ਤੋਂ ਜਲਦ ਆਰਟੀਕਲ 25B ਦੇ ਵਿੱਚ ਵੀ ਸੰਸ਼ੋਧਨ ਕਰਾਓ ਔਰ ਕੌਂਸਟੀਟਿਊਸ਼ਨ ਆਫ ਇੰਡੀਆ ਵੀ ਇਸ ਗੱਲ ਨੂੰ ਮੰਨੇ। ਦਰਸ਼ਕ ਮੇਰੇ ਨਾਲ ਲਗਾਤਾਰ ਮੌਜੂਦ ਨੇ, ਫੋਨ ਲਾਈਨ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਹੋ ਕਿ ਕਰਨਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਜੀ ਮੈਂ ਜਿੰਦਰ ਬੋਲਦਾ ਲੈਸਟਰ ਤੋਂ। ਜੀ ਜਿੰਦਰ ਜੀ, ਕੀ ਕਹਿਣਾ ਚਾਹੋਗੇ? ਜੀ ਪਹਿਲਾਂ ਤਾਂ ਤੁਸੀਂ GK ਜੀ ਆਇਆ ਤੇ ਰਾਣਾ ਜੀ ਆਇਆ, ਚਲੋ ਇਹਨਾਂ ਨੂੰ ਅਸੀਂ ਕੋਈ ਤਰੀ ਗੱਲ ਤਾਂ ਨਹੀਂ ਕਹਿਣੀ, ਇਹਨਾਂ ਨੂੰ ਅਸੀਂ ਫਤਿਹ ਬੁਲਾਉਂਦੇ ਹਾਂ। ਪਰ ਵੈਸੇ ਅਸੀਂ ਇੱਕ ਦੋ ਹੀ ਸਵਾਲ ਹੈ, ਮੈਂ ਕੋਈ ਮਾੜਾ ਨੀ ਕਿਸੇ ਨੂੰ ਬੋਲਣਾ। ਜੋ ਦਿੱਲੀ ਦੀ SGP ਸੀ ਉਹਦਾ ਸਾਨੂੰ ਸਾਰਾ ਪਤਾ ਕਿੱਥੇ ਖੜੀ ਆ, ਉਹ ਸਿੱਖੀ ਵਿੱਚ ਕਿੰਨੀ ਹੈਗੀ ਆ, ਚਲੋ ਉਹਦਾ ਕਈ ਵਾਰੀ ਐਕਸਪੋਜ਼ ਹੋ ਚੁੱਕੇ ਆ ਇਹ ਦੋਨੇ ਬੰਦੇ ਵੀ ਤਾਂ ਹੋਰ ਵੀ। ਪਰ ਇੱਕ ਸਵਾਲ ਹੈ ਇਹਨਾਂ ਨੂੰ ਮੇਰਾ, ਜਿਹੜਾ ਅਟਲ ਬਿਹਾਰੀ ਵਾਜਪਾਈ ਅੱਜ ਮਰ ਗਿਆ, ਕੱਲ
ਉਹਨੇ ਉਹਨੇ ਆਪਣੀ ਕਿਤਾਬ ਵਿੱਚ ਲਿਖਿਆ ਵੀ ਮੈਂ ਇੰਦਰਾ ਨੂੰ ਤੁਰਕਾ ਦਾ ਖਿਤਾਬ ਦਿੰਦਾ ਤੇ ਮੈਂ ਇੰਦਰਾ ਤੇ ਅਸੀਂ ਪ੍ਰੈਸ਼ਰ ਪਾਇਆ ਸੀ ਹਰਿਮੰਦਰ ਸਾਹਿਬ ਤੇ ਹਮਲਾ ਕਰ ਛੇਤੀ ਦੀ ਛੇਤੀ ਅਸੀਂ ਹਮਲਾ ਪ੍ਰੈਸ਼ਰ ਕਰਕੇ ਕਰਵਾਇਆ ਉਹਦੀ ਕਿਤਾਬ ਵਿੱਚ ਆ ਇਹ ਦੱਸਣ ਵੀ ਹੁਣ ਇਹ ਕਿੱਥੇ ਖੜੇ ਆ ਇਹ ਤਾਂ ਬਾਦਲ ਦੇ ਸਾਰੇ ਕਿੱਥੇ ਖੜੇ ਆ ਹਾਂ ਗੱਲ ਇਹ ਹੈ ਕਿ ਅਟਲ ਬਿਹਾਰੀ ਵਾਜਪਾਈ ਨੇ 71 ਦੀ ਜੰਗ ਤੋਂ ਬਾਅਦ ਉਹਨੇ ਕਿਹਾ ਸੀ ਇੰਡੀਆ ਇਜ਼ ਇੰਦਰਾ ਔਰ ਇੰਦਰਾ ਇਜ਼ ਇੰਡੀਆ ਔਰ ਅਟਲ ਬਿਹਾਰੀ ਵਾਜਪਾਈ ਦੀ ਕਿਤਾਬ ਦੇ ਵਿੱਚ 1984 ਦਾ ਜ਼ਿਕਰ ਨਹੀਂ ਆ ਭਾਈ ਸਾਹਿਬ ਨੂੰ ਭੁਲੇਖਾ ਲੱਗਿਆ ਦੂਜੀ ਗੱਲ ਜਿਹੜਾ 84 ਦਾ ਜਦੋਂ ਕਤਲੇਆਮ ਹੋਇਆ ਨਾ ਅਸੀਂ ਤਾਂ ਦਿੱਲੀ ਸ਼ਹਿਰ 'ਚ ਸੀਗੇ ਅਸੀਂ ਤਾਂ ਆਪਣੇ ਘਰ ਦੇ ਉੱਤੇ ਹਮਲੇ ਹੁੰਦੇ ਆਪਣੇ ਪਰਿਵਾਰ 'ਚ ਬੰਦੇ ਮਰਦੇ ਦੇਖਿਆ ਅਗਰ ਕਿਸੇ ਨੇ ਆਵਾਜ਼ ਚੁੱਕੀ ਸੀਗੀ ਔਰ ਉਹ ਅਟਲ ਬਿਹਾਰੀ ਵਾਜਪਾਈ ਸੀਗਾ ਮੈਂ ਅੱਜ ਕਹਿ ਰਿਹਾ ਸਾਰੇ ਦਰਸ਼ਕ ਸੁਣਦੇ ਪਏ ਹੋ ਇੱਕੋ ਇੱਕ ਆਵਾਜ਼ ਜਿਹੜੀ ਸਾਡੇ ਹੱਥ 'ਚ ਉਸ ਵੇਲੇ ਬੋਲੀ ਸੀ ਜਦੋਂ ਕੋਈ ਸਾਡੇ ਨੇੜਿਓਂ ਨਹੀਂ ਲੰਘਣਾ ਚਾਹੁੰਦਾ ਸੀਗਾ ਸਾਡੀਆਂ ਲਾਸ਼ਾਂ ਕੋਲ ਕੋਈ ਨਹੀਂ ਜਾਣਾ ਚਾਹੁੰਦਾ ਸੀ ਬਾਹਰ ਨਿਕਲ ਕੇ ਇਸ ਨੇ ਆਖਿਆ ਸੀਗਾ ਮੇਰੀ ਗੱਲ ਕੰਪਲੀਟ ਹੋ ਲੈਂਦੇ ਹੋ ਬਾਹਰ ਨਿਕਲ ਕੇ ਇਸ ਨੇ ਆਖਿਆ ਸੀਗਾ ਕਿ ਹਿੰਦੁਸਤਾਨ ਦੇ ਡੈਮੋਕ੍ਰੈਟਿਕ ਸਿਸਟਮ 'ਤੇ ਕਾਲਾ ਕਲੰਕ ਹੈ 1984 ਔਰ ਉਹਦੇ ਬਾਅਦ ਰਿਜ਼ਲਟ ਕੀ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਸਿਰਫ 2 ਸੀਟਾਂ 'ਤੇ ਰਹਿ ਗਈ ਸੀ 542 ਸੀਟਾਂ 'ਤੇ ਮੈਂ ਸਮਝਦਾ ਸਿੱਖ ਕੌਮ ਨੂੰ ਜੇ ਕਿਸੇ ਨੇ ਕੀਤੀ ਹੋਵੇ ਉਹਨੂੰ ਭੁੱਲਣਾ ਨਹੀਂ ਚਾਹੀਦਾ ਔਰ ਜਿਹਨੇ ਮਾੜਾ ਕੀਤਾ ਹੋਵੇ ਉਹਨੂੰ ਵੀ ਭੁੱਲਣਾ ਨਹੀਂ ਚਾਹੀਦਾ ਪਰ ਵਾਜਪਾਈ ਜੀ ਵਾਸਤੇ ਮੈਂ ਦੱਸ ਦੂੰ ਚਲੋ ਹੋਰ ਵੀ ਸਾਡੇ ਨਾਲ ਕਾਲਰ ਜੀ ਉਹਨਾਂ ਦੀ ਵੀ ਗੱਲ ਸੁਣ ਲਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਛੋਟੇ ਭਾਈ ਹਰਕੀਰਤ ਪਿਆਰ ਭਰੀ ਸਾਰੇ ਆਪਣੇ ਦੂਜੇ ਵੀਰਾਂ ਮਨਜੀਤ ਸਿੰਘ ਹੁਣਾਂ ਨੂੰ ਦੂਜੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ ਠੀਕ ਹੋ ਹਾਂਜੀ ਬਿਲਕੁਲ ਠੀਕ ਆ ਜੀ ਮੈਂ ਲਾਸਟ ਵਿੱਚ ਨਾ ਇੱਕੋ ਹੀ ਸੈਕਿੰਡ ਮਨਜੀਤ ਸਿੰਘ ਆਪਣੇ ਉਹਨਾਂ ਨਾਲ ਵੀ ਉਹਨਾਂ ਨੂੰ ਪੁੱਛਣਾ ਆ ਤੇ ਮੈਂ ਸਰ ਪਹਿਲੋਂ ਲੈਣਾ ਜਿੱਦਾਂ ਵਾਜਪਾਈ ਦੀ ਗੱਲ ਕਰਦਾ ਤਾਂ ਦੁਨੀਆਂ ਜਾਣਦੀ ਉਹ ਕਵਿਤਾ ਤੋਂ ਬਗੈਰ ਕੋਈ ਉਹ ਗੱਲ ਹੀ ਨਹੀਂ ਸੀ ਕਰਦੇ ਜੀ 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 ਰਾਈਟਰ ਸੀ ਉਹ ਜੀ 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 ਦੇਖੋ ਮੈਂ ਸਿਰਫ ਚਾਰ ਲਾਈਨਾਂ ਸੁਣਾਉਣੀ ਆ ਕਿ ਅੱਜ ਕੋਈ ਦਿੱਲੀ 'ਚ ਬਾਹਰੋਂ ਕੋਈ ਜਾਵੇ ਸ਼ਹੀਦਾਂ ਦਾ ਪੰਥ ਉਹ ਸ਼ਹੀਦਾਂ ਦਾ ਪੰਥ ਨੂੰ ਸੁਣਿਆ ਵੀ ਦਿੱਲੀ ਕੀ ਦੇ ਰਹੀ ਹੈ ਇਸ ਟਾਈਮ ਜੀ ਉਹ ਕਹਿੰਦੇ ਵੀ ਸੜ ਚੁੱਕੇ ਪਰਵਾਨਿਆਂ ਦੇ ਉਹ ਦੇਸ਼ ਆਉਣ ਵਾਲਿਓ ਜੀ ਝੜ ਚੁੱਕੇ ਫੁੱਲਾਂ ਦੇ ਬਹਿ ਕੇ ਬੈਣ ਪਾਵਣ ਵਾਲਿਓ ਉਹ ਮੁੱਕ ਚੁੱਕੇ ਰਾਹੀਆਂ ਨੂੰ ਰੋ ਰੋ ਕੇ ਬੁਲਾਵਣ ਵਾਲਿਓ ਲੁਕ ਚੁੱਕੇ ਪਰਦੇਸੀਆਂ ਦੇ ਗੀਤ ਗਾਉਣ ਵਾਲਿਓ ਇਹ ਸਾਜ ਦਿਲ ਦਾ ਤੋੜ ਕੇ ਤੇ ਬੰਦ ਕਰਕੇ ਗੀਤ ਨੂੰ ਖਮੋਸ਼ ਹੰਝੂ ਪੂੰਝ ਕੇ ਤੇ ਛੱਡ ਝੂਠੀ ਪ੍ਰੀਤ ਨੂੰ ਲੋ ਖਾਕ ਸਾਡੀ ਦੀ ਭੂਤੀ ਪਿੰਡਿਆਂ ਨੂੰ ਲਾ ਲਵੋ ਉਹ ਮਾਲਾ ਪਰੋ ਕੇ ਹੱਡੀਆਂ ਦੀ ਹੀਰਿਓ ਗਲ ਪਾ ਲਵੋ ਸੀਨਿਆਂ ਵਿੱਚ ਸੁਣ ਲਿਓ ਥੋੜੀਆਂ ਦੋ ਲਾਈਨਾਂ ਆ ਕੱਚਿਓ ਨਾ ਸੀਨਿਆਂ ਵਿੱਚ ਸਾਂਭ ਲਓ ਇਹ ਫਟ ਇੱਕ ਇੱਕ ਅੰਗ ਦੇ ਉਹ ਖੂਨ ਦੇ ਵਿੱਚ ਰੰਗ ਲਓ ਚੋਲੇ ਮਜੀਠੀ ਰੰਗ ਦੇ ਦੁਨੀਆਦਾਰੋ ਵੇਸ ਆਪਣਾ ਜੋਗੀਆਂ ਦਾ ਕਰ ਲਵੋ ਅੱਗ ਸਾਡੀ ਚਿਖਾ ਦੀ ਨੂੰ ਹੰਝੂਆਂ ਵਿੱਚ ਭਰ ਲਵੋ ਗਲੀਆਂ ਵਿੱਚ ਫਿਰ ਫਿਰ ਪੰਥ ਅੱਗੇ ਦਰਦ ਸਾਡਾ ਫੋਲਣਾ ਇਹ ਤੜਫ ਦਿਲ ਦੀ ਦੱਸਣੀ ਇਹ ਭੇਤ ਗੁੱਜਾ ਖੋਲਣਾ ਲਾਸਟ ਲਾਈਨ ਮਨਜੀਤ ਸਿੰਘ ਹੋਣਾ ਨੂੰ ਮੈਂ ਇਹ ਕਹਿਣੀ ਆ ਕਿ ਇਹ ਤੂੰ ਸਾਨੂੰ ਮੌਤ ਦਾ ਕੋਈ ਵਪਾਰੀ ਜਾਪਦਾ ਤੂੰ ਇਹ ਸਾਨੂੰ ਮਾਹੀ ਦਾ ਪੁਜਾਰੀ ਜਾਪਦਾ ਮੈਂ ਇੱਕ ਮਨਜੀਤ ਸਿੰਘ ਜੀ ਉਹਨਾਂ ਨੂੰ ਗੱਲ ਕਰਾਂ ਮੇਰਾ ਪਿੰਡ ਮਲਸੀ ਆਇਆ ਤੁਸੀਂ ਦੱਸ ਸਕਦੇ ਆ ਕਿ ਮੈਨੂੰ ਜਾਂ ਮੈਨੂੰ ਭੁਲੇਖਾ ਆ ਵੀ ਮਲਸੀਆਂ ਪਿੰਡ ਦੇ ਤੁਸੀਂ ਕੀ ਲੱਗਦੇ ਆ ਮਲਸੀਆਂ 'ਚ ਮੇਰੀ ਰਿਸ਼ਤੇਦਾਰੀ ਆ ਮੇਰਾ ਪਿੰਡ ਕੋਟ ਬਾਦਲ ਖਾਂ ਨੂਰ ਮਹਿਲ ਦੇ ਕੋਲ ਔਰ ਮੇਰੇ ਨਾਨਕੇ ਚੱਕ ਬਾਗੜੀਆਂ ਚੱਕ ਕਲਾਂ ਨਕੋਦਰ ਦੇ ਲਾਗੇ ਆ ਮੈਂ ਦੁਆਬੇ ਤੋਂ ਬਿਲੋਂਗ ਕਰਦਾ ਚਲੋ ਭੋਗਲ ਜੀ ਈਮੇਲ ਆਈ ਡੀ ਨੋਟ ਕਰ ਲਿਓ ਔਰ ਰਿਸ਼ਤੇਦਾਰੀ ਕੱਢਣੀ ਹੋਈ ਤਾਂ info@justbroadcasting.com ਦੇ ਉੱਤੇ harkeerat@justbroadcasting.com ਦੇ ਉੱਤੇ ਤੁਸੀਂ ਕੱਢ ਸਕਦੇ ਹੋ ਅੱਜ ਸਮਾਂ ਸਾਡੇ ਕੋਲ ਹੈਗਾ ਨਹੀਂ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਕਾਲਰਸ ਨੇ ਉਹਨਾਂ ਦੀ ਵੀ ਗੱਲ ਜਾਣ ਲਈ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਸਤਿ ਸ਼੍ਰੀ ਅਕਾਲ ਭਾਜੀ ਮੈਂ ਸਪੇਨ ਤੋਂ ਬੋਲ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਮੈਂ ਭਾਜੀ ਸਭ ਨੂੰ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਬਗਾਵੀ ਕਾਂਡ ਹੋਇਆ ਸੀ ਉਦੋਂ ਅਕਾਲੀ ਦਲ ਦੀ ਗੌਰਮੈਂਟ ਸੀ ਸਭ ਤੋਂ ਪਹਿਲਾਂ ਸੀ ਉਸ ਟਾਈਮ ਤੇ ਕਿਸੇ ਲੀਡਰ ਨੇ ਜਾਂ ਬਾਦਲ ਸਾਹਿਬ ਨੇ ਕੋਈ ਬਿਆਨ ਦੇਣ ਨੂੰ ਬੰਦ ਕਰ ਛੱਡਿਆ ਸੀ ਤੇ ਜਦੋਂ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮੇਨ ਚੀਜ਼ ਹੈ ਜੀ ਉਸ ਟਾਈਮ ਅਕਾਲੀ ਦਲ ਉਸ ਟਾਈਮ ਕਿੱਥੇ ਗਿਆ ਸੀ ਅੱਜ ਕੱਲ੍ਹ ਅਕਾਲੀ ਦਲ ਬੜਾ ਬੋਲ ਰਿਹਾ ਸੀ ਕਰੈਕਟ ਮਨਜੀਤ ਸਿੰਘ ਜੀ ਕੇ ਜੀ ਮਨਜੀਤ ਸਿੰਘ ਜੀ ਕੇ ਜੀ ਗੱਲ ਇਹ ਹੈ ਕਿ ਜਦੋਂ ਬਰਗਾਰੀ ਕਾਂਡ ਹੋਇਆ ਸੀਗਾ ਅਸੀਂ ਖੁਦ ਬਾਦਲ ਸਾਹਿਬ ਕੋਲ ਗਏ ਸੀਗੇ ਡੈਲੀਗੇਸ਼ਨ ਲੈ ਕੇ ਦਿੱਲੀਓਂ ਕਿ ਇਹ ਜਿਹੜਾ ਕੰਮ ਜਿਹੜੀ ਗੋਲੀ ਚੱਲੀ ਆ ਉੱਥੇ ਔਰ ਇਹ ਹਰ ਹਾਲਤ ਦੇ ਵਿੱਚ ਸਮੇਤ ਸੈਣੀ ਨੂੰ ਸਸਪੈਂਡ ਕਰਨਾ ਚਾਹੀਦਾ ਸਮੇਤ ਸੈਣੀ ਨੂੰ ਇੱਥੋਂ ਲਾਹ ਦੇਣਾ ਚਾਹੀਦਾ ਔਰ ਉਹਨਾਂ ਨੇ ਲਾਇਆ ਸੀਗਾ
ਉਹਦੀ ਇਨਕੁਆਇਰੀ ਕਰਕੇ ਅਖੀਰ ਇਹ ਰੌਲਾ ਪਿਆ ਕਿ ਸ਼ਾਇਦ ਅਕਾਲੀ ਸਰਕਾਰ ਹੈ ਜਿਹਨੂੰ ਮਰਜ਼ੀ ਫਸਾ ਸਕਦੀ, CBI ਨੂੰ ਦੇ ਦਿੱਤਾ ਜਾਵੇ। ਅੱਜ ਵੀ ਕੈਪਟਨ ਸਾਹਿਬ ਨੇ ਜਿਹੜੀ ਉਹਨਾਂ ਦੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਉਸ ਨੂੰ CBI ਨੂੰ ਮੁੜ ਕੇ ਇਨਕੁਆਇਰੀ ਵਾਸਤੇ ਦੇ ਦਿੱਤਾ ਗਿਆ। ਮੈਂ ਸਮਝਦਾ ਵਾਂ ਕਿ ਜੋ ਉਸ ਵੇਲੇ ਰਾਈਟ ਬਣਦਾ ਸੀਗਾ ਉਹ ਕੀਤਾ, ਔਰ ਜਿਹੜੇ ਪੁਲਿਸ ਅਫਸਰ ਉਹਨਾਂ 'ਤੇ ਐਕਸ਼ਨ ਹੋਏ ਆ। ਚਲੋ ਦਿੱਲੀ ਧੰਨਵਾਦ। ਹੋਰ ਵੀ ਕਾਲਰਸ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਧੂ ਬੋਲਿਆ ਜੀ, ਫੋਟੋ ਸਿੱਖੀ ਦਾ ਸਿਧਾਂਤ ਤੇ ਸਿੱਖ ਰੈਜੀਮੈਂਟ ਜਾਂ ਸਿੱਖ ਰੈਜੀਓ ਵੈਲਿਊਸ ਵਰ ਸਿੰਘਾਂ ਨੇ ਲੜਵਾਇਆ, ਸਿੰਘਾਂ ਨੇ ਬੰਦ ਕਟਵਾਇਆ ਤੇ ਸਿੱਖਾਂ ਨੇ ਬਚਾਇਆ। ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਸੁਰਿੰਦਰ ਸਿੰਘ ਜੀ, ਹੋਰ ਵੀ ਸਾਡੇ ਨਾਲ ਕਾਲਰਸ ਨੇ, ਉਹਨਾਂ ਦੀ ਵੀ ਗੱਲ ਜਾਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਯਹੂਦੀ ਵੀ ਤਾਂ ਉਜੜ ਕੇ ਭਾਈ ਜਰਮਨ ਤੋਂ ਪੂਰੇ ਯੂਰਪ ਤੋਂ ਜਾ ਕੇ ਇਜ਼ਰਾਈਲ 'ਚ ਜਾ ਕੇ ਬੈਠੇ, ਉਹਨਾਂ ਨੇ ਆਪਣੇ ਬੱਚੇ ਪੜ੍ਹਾਏ, ਸਾਰਾ ਕੁਛ ਕੀਤਾ। ਉਹ ਯਹੂਦੀ ਨੇ ਆਪਣਾ ਮੁਲਕ ਕਿੰਨਾ ਡਿਵੈਲਪ ਕਰ ਲਿਆ। ਅਸੀਂ ਸਿਰਫ ਉਹ ਸ਼ਤਾਬਦੀਆਂ ਮਨਾਉਣ 'ਚ, ਗੁਰਦੁਆਰੇ ਸੋਨਾ ਲਾਉਣ ਵਿੱਚ ਮਸਰੂਫ ਰਹਿ ਰਹੇ ਹਾਂ। ਆਪਾਂ ਕੋਈ ਹਸਪਤਾਲ ਨਹੀਂ ਬਣਾ ਸਕੇ, ਕੋਈ ਵਧੀਆ ਸਕੂਲ ਨਹੀਂ, ਕੋਈ ਵਧੀਆ ਸਿਸਟਮ ਨਹੀਂ ਬਣਾ ਸਕਿਆ। ਆਪਾਂ ਸਿਰਫ ਹਾਂਜੀ, ਆਪਾਂ ਸਿਰਫ ਉੱਥੇ ਉਲਝ ਕੇ ਰਹਿ ਗਏ ਹਾਂ ਉਸ ਵਿੱਚ ਜੀ, ਧਰਮ ਦੇ ਵਿੱਚ ਉਲਝ ਕੇ ਇੱਧਰ ਉੱਧਰ ਰਹਿ ਗਏ ਆਪਾਂ ਜੀ। ਜੋ ਆਪਾਂ ਆਪਾਂ ਨੂੰ ਸਿੱਖਣਾ ਚਾਹੀਦਾ ਇਜ਼ਰਾਈਲ ਕੋਲੋਂ, ਯਹੂਦੀਆਂ ਦੇ ਕੋਲੋਂ ਜੀ। ਜੀ ਜੀ ਜੀ, ਮਤਲਬ ਕਹਿਣ ਦਾ ਭਾਵ ਹੈ ਕਿ ਕਹਿਣ ਦਾ ਭਾਵ, ਮੈਨੂੰ ਸਮਝ ਆ ਗਿਆ ਜੀ ਤੁਹਾਡਾ ਕਹਿਣ ਦਾ ਭਾਵ ਹੈ ਜੀ ਇਹਨਾਂ ਦਾ, ਕਿ ਜਿਹੜਾ ਫਤਿਹ ਦਿਵਸ ਜਿਹੜੇ ਹੋਰ ਤੁਸੀਂ ਜਿਹੜੇ ਪ੍ਰੋਗਰਾਮ ਦਿੱਲੀ ਦੇ ਵਿੱਚ ਉਸਾਰੇ ਨੇ, ਅਗਰ ਉਹੀ ਫੰਡ ਜਿਹੜਾ ਕਿਸੇ ਹੋਸਪਿਟਲ ਦੇ ਵਿੱਚ, ਸਕੂਲ ਦੇ ਵਿੱਚ ਲਾਇਆ ਜਾਂਦਾ, ਅਤੇ ਜਿਹੜੀ ਗੱਲ ਹੋ ਰਹੀ ਹੈ ਕਿ ਟੀਚਰਾਂ ਦੀ ਤਨਖਾਹ ਨਹੀਂ ਮਿਲੀ, ਹੋਸਪਿਟਲ ਦਾ ਨਿਰਮਾਣ ਹੋਣਾ ਚਾਹੀਦਾ ਸੀਗਾ, ਤਾਂ ਉੱਥੇ ਉਹ ਯੂਟੀਲਾਈਜ਼ ਹੋ ਸਕਦੇ ਸੀਗੇ ਜੀ। ਮੈਂ ਸਮਝਦਾ ਕਿ ਸਾਧ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਯੋਗਾ ਸਿੰਘ ਹੋਰਾਂ ਨੇ, ਇਹ ਬੜਾ ਜਾਇਜ਼ ਕੁਐਸਚਨ ਉਠਾਇਆ ਜੀ। ਇੱਕ ਗੱਲ ਇਹ ਦੇਖੀਏ ਕਿ ਹਰ ਚੀਜ਼ ਜਿਹੜੀ ਹੈ ਉਹ ਕਮੇਟੀਆਂ 'ਤੇ ਪਾ ਦਿੰਦੇ ਹਾਂ ਐਜੂਕੇਸ਼ਨ ਦੀ ਜੀ। ਅਸੀਂ ਆਪ ਫੈਸਲਾ ਕੀਤਾ ਕਿ ਅਸੀਂ ਆਪਣੇ ਬੱਚੇ ਪੜ੍ਹਾਉਣੇ ਕਿ ਨਹੀਂ ਪੜ੍ਹਾਉਣੇ ਜੀ। ਅੱਜ ਬੱਚਾ ਸਾਡਾ 12ਵੀਂ ਪੜ੍ਹਦਾ ਅਤੇ ਅਸੀਂ ਆਖਦੇ ਹਾਂ ਵੀ ਇਹਦਾ ਬਿਆਨਾ ਫੜ ਲਈਏ, ਇਹਦਾ ਵਿਆਹ ਕਰਾ ਦਈਏ, ਇਸ ਨੂੰ ਆਪਣੇ ਬਿਜ਼ਨਸ 'ਚ ਪਾ ਦਈਏ। ਯਹੂਦੀਆਂ ਨੇ ਆਪਣੇ ਬੱਚੇ ਖੁਦ ਪੜ੍ਹਾਏ ਕਿਉਂਕਿ ਏਜੰਡਾ ਕੌਮ ਨੇ ਲੈ ਲਿਆ। ਅੱਜ ਮੈਂ ਦਿੱਲੀ ਗੁਰਦੁਆਰਾ ਕਮੇਟੀ ਦੀ ਗੱਲ ਕਰਦਾ, ਸਾਡੇ ਕੋਲ 35 ਦੇ ਕਰੀਬ ਸਕੂਲ ਕਾਲਜਸ ਨੇ, ਸਾਡੇ ਕੋਲ ITIs ਨੇ। ਤੁਸੀਂ ਇਹ ਗੱਲ ਛੱਡੋ ਜਿਹੜੀ ਗੱਲ ਇਹਨਾਂ ਨੇ ਇਤਿਹਾਸ ਦੀ ਕਹੀ ਹੈ, ਇੱਕ ਗੱਲ ਮੈਂ ਜੋਗਾ ਸਿੰਘ ਹੋਰਾਂ ਨਾਲ ਸਹਿਮਤ ਨਹੀਂ ਹਾਂ ਕਿ ਜੇ ਇਤਿਹਾਸ ਮੈਂ ਆਪਣਾ ਅੱਜ ਕੱਢ ਕੇ ਨਾ ਲਿਆਵਾਂ, ਅੱਗੇ ਸਿੱਖਾਂ ਦਾ ਕਿਸੇ ਨੇ ਇਤਿਹਾਸ ਨਹੀਂ ਲਿਆਂਦਾ। ਅੱਜ ਗਦਰੀ ਬਾਬੇ ਸਾਡੇ ਨੇ ਉਹ ਕਮਿਊਨਿਸਟ ਚੁੱਕ ਕੇ ਲਿਜਾ ਰਹੇ ਨੇ। ਅੱਜ ਜਿਹੜਾ ਹੈਗਾ ਆਪਣਾ ਸ਼ਹੀਦ ਭਗਤ ਸਿੰਘ, ਉਸ ਨੂੰ ਟੋਪੀ ਪਾ ਕੇ ਆਪਾਂ ਸਿੱਖ ਹੀ ਨਹੀਂ ਮੰਨਦੇ, ਉਹਨੂੰ ਆਰੀਆ ਸਮਾਜੀ ਮੰਨਣ ਲੱਗ ਪਏ ਹਾਂ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਪਹਿਲਾ ਆਜ਼ਾਦ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਜਿਹਨੇ ਮੁਗਲਾਂ ਨੂੰ ਹਰਾਇਆ, ਅਸੀਂ ਅੱਜ ਉਹਦਾ ਇਤਿਹਾਸ ਨਾ ਲਿਆਈਏ। ਲਾਲ ਕਿਲੇ 'ਤੇ ਸਾਡਾ ਕਬਜ਼ਾ ਸੀ, ਅਸੀਂ ਉਹ ਨਾ ਲੈ ਕੇ, ਉਹ ਵੀ ਜ਼ਰੂਰੀ ਹੈ, ਲੇਕਿਨ ਐਜੂਕੇਸ਼ਨ ਇਜ਼ ਅ ਮਸਟ ਜਿਹੜੀ ਗੱਲ ਇਹਨਾਂ ਨੇ ਕੀਤੀ, ਮੈਂ ਉਸ 'ਤੇ ਆਉਣਾ ਚਾਹੁੰਦਾ। ਮੈਂ ਸਮਝਦਾ ਕਿ ਦਿੱਲੀ ਦੇ ਵਿੱਚ ਅਸੀਂ ITI ਦੇ ਵਿੱਚ 45 ਕੋਰਸਿਸ ਨੇ। ਸਾਨੂੰ ਸਿੱਖ ਕਹਿੰਦੇ ਆ ਨਾ, ਦੂਜੇ ਧਰਮਾਂ ਦੇ ਕਹਿੰਦੇ ਕਿ ਹਮਨੇ ਹਰੇਕ ਧਰਮ ਕੇ ਆਦਮੀ ਕੋ ਮਾਂਗਤੇ ਦੇਖਾ, ਲੇਕਿਨ ਸਿੱਖ ਕੋ ਮਾਂਗਤੇ ਨਹੀਂ ਦੇਖਾ, ਕਿਉਂਕਿ ਗੁਰੂ ਨਾਨਕ ਕਹਿ ਗਏ ਨੇ ਨਾਮ ਜਪੋ ਵੰਡ ਛਕੋ ਕਿਰਤ ਕਰੋ, ਅਸੀਂ ਕਿਰਤ ਕਰਕੇ ਦਾਨ ਦੇਣਾ ਜਾਣਦੇ ਹਾਂ, ਲੇਕਿਨ ਅਸੀਂ ਐਜੂਕੇਸ਼ਨ ਦੇ ਉੱਤੇ ਜੋ ਕੰਮ ਕਰਦੇ ਪਏ ਹਾਂ ਸ਼ਾਇਦ ਇਹਨਾਂ ਕੋਲ ਇਨਫੋਰਮੇਸ਼ਨ ਨਹੀਂ ਗੀ। ਹਾਂ, ਤੁਸੀਂ ਇੱਕ ਸਵਾਲ ਪੁੱਛਿਓ, ਮੈਂ ਸਮਝਦਾ ਪਹਿਲੇ ਉਹਨੂੰ ਜਵਾਬ ਦੇ ਦੇਵਾਂ, ਤਨਖਾਹਾਂ ਨਹੀਂ ਹੈ ਟੀਚਰਾਂ ਦੀ। ਮੈਂ ਸਮਝਦਾ ਕਿ ਜਿਸ ਦਿਨ ਮੇਰੇ ਤੋਂ ਪਹਿਲੀ ਜਿਹੜੀ ਕਮੇਟੀ ਸੀਗੀ ਉਹ 400 ਬੰਦਾ ਓਵਰ ਇੰਪਲੋਈ ਛੱਡ ਕੇ ਗਈ ਹੈ, ਅੱਜ ਗਲੀ ਗਲੀ ਉਹੀ ਬੰਦੇ ਰੌਲਾ ਪਾ ਰਹੇ ਨੇ ਜੀ ਕਿ ਗੁਰਦੁਆਰਾ ਜਿਹੜਾ ਬੈਂਕਰਪਸੀ ਦੇ ਆ ਗਿਆ। ਮੈਨੂੰ ਨਹੀਂ ਸਮਝ ਆ ਰਹੀ, ਅਸੀਂ ਗੁਰੂ ਦੀ ਗੋਲਕ ਦੇ ਵਿੱਚੋਂ ਦੀ ਜਿੰਨਾ ਐਜੂਕੇਸ਼ਨ ਵਾਸਤੇ ਫੰਡ ਦਿੱਤਾ, ਮੇਰੇ ਕੋਲ ਉਹ 400 ਬੰਦਾ ਓਵਰ ਇੰਪਲੋਈਡ ਛੱਡ ਗਿਆ, 225 ਕਰੋੜ ਦੀ ਲਾਇਬਿਲਟੀ ਛੱਡ ਗਿਆ, ਜਦਕਿ ਐਜੂਕੇਸ਼ਨ ਸਿਰਫ 43 ਕਰੋੜ ਰੁਪਇਆ ਸੀ। ਪਲੀਜ਼ ਮੈਨੂੰ ਕੰਪਲੀਟ ਕਰਨ ਦਿਓ, ਜੇ ਮੈਂ ਗੱਲ ਹੀ ਨਹੀਂ ਕੰਪਲੀਟ ਕਰਾਂਗਾ ਮੈਂ ਅਗਲੇ ਸਵਾਲ ਤੇ ਕਿਉਂ ਜਾਵਾਂ। ਦਿਸ ਇਜ਼ ਇੰਪੋਰਟੈਂਟ, 225 ਕਰੋੜ ਰੁਪਏ ਦੀ ਲਾਇਬਿਲਟੀ ਛੋੜ ਕੇ ਜਾਂਦੇ ਨੇ, 43 ਕਰੋੜ ਰੁਪਏ ਮੈਨੂੰ ਦੇ ਕੇ ਜਾਂਦੇ ਨੇ, ਮੈਂ 5 ਸਾਲਾਂ 'ਚ 110 ਕਰੋੜ ਪੇ ਕਰਤਾ, 43 ਕਰੋੜ ਉਹ ਪਲੱਸ ਹੋਰ ਮੈਂ ਕਿੱਥੋਂ ਦੀ ਲਿਆ ਕੇ ਪੇ ਕੀਤਾ ਹੋਏਗਾ। ਅੱਜ ਵੀ 75 ਕਰੋੜ ਰੁਪਏ ਦੀ ਲਾਇਬਿਲਟੀ ਹੈ, ਮੈਂ ਉਸਨੂੰ ਕਲੀਅਰ ਕਰਨਾ ਚਾਹੁੰਦਾ। GHPS ਦੇ ਵਿੱਚ ਜਦੋਂ ਉਹਨਾਂ ਨੇ ਸਾਨੂੰ ਚਾਰਜ ਦਿੱਤਾ ਸੀ, ਮੇਰਾ ਉਸ ਤੋਂ 10% ਜਿਹੜਾ ਉਹ ਬੱਚਿਆਂ ਦੀ ਇਨਟੇਕ ਵਧੀ ਹੈ। ਮੇਰਾ ਰਿਜ਼ਲਟ ਜਿੱਦਣ ਉਹ ਮੈਨੂੰ ਦੇ ਕੇ ਗਏ ਇੰਸਟੀਟਿਊਸ਼ਨਾਂ, ਔਰ ਤੁਸੀਂ ਸੋਚੋ ਕਿ 450 ਬੰਦਾ ਵੱਧ ਭਰਿਆ, ਉਹਦੇ 'ਚ ਨਲਾਇਕ ਉਹ ਵੀ ਟੀਚਰ ਭਰ ਲਿਆ ਜਿਹੜੇ ਕੁਆਲੀਫਾਈ ਨਹੀਂ ਕਰਦੇ ਸੀ, ਜਿਹੜੇ ਕੁਆਲੀਫਾਈਡ ਟੀਚਰ ਨੇ ਉਹਨਾਂ ਕਰਕੇ ਮੈਂ ਰਿਜ਼ਲਟ ਨੂੰ ਉੱਪਰ ਲੈ ਕੇ ਆਇਆ। ਜੇ ਜਿੱਦਣ ਮੈਨੂੰ ਦੇ ਕੇ ਗਏ ਸੀ 80% ਰਿਜ਼ਲਟ ਸੀਗਾ 12ਵੀਂ ਦਾ, ਜਿਹੜਾ ਬੰਦਾ 400 ਤੁਸੀਂ ਕਹਿ ਰਹੇ ਹੋ ਦੇ ਆਰ ਨਾਟ ਕੁਆਲੀਫਾਈਡ,
No, they are, they, some of them are qualified, some of them are not qualified, number one. And not only teachers, they are admin staff. Tusi ye dasso ki driver 75000 rupaye tankha le reha, mali 65000 rupaye tankha le reha, tusi ye bhartiyan kitiyan kyon? Dekho ek gall nu samjho, eh issue nu samjhan di lod hai. Ajj main oh sariyan cheezan manage kar reha, meri team manage karti payi hai. Ohde naal main improvement le reha va. Ajj mera result 90% aaya, 50 saalan da jehda 80% mainu de ke gaye sige. So main samajhda we are on the improvement. Number two, the liability which was created by them, I am handling that liability and I'll be able to handle that liability. कहने पाव कि जिथे समागम करने जरूरी नहीं उथे इस education बड़ी जरूरी है जो जोगा सिंह जी 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 और भी सारे कॉलर्स ने सस्तीकाल जी तुष्य ऑन एयर हो कौन बोल रहे हो कितने बोल रहे हो हेलो सस्तीकाल जी सस्तीकाल जी ते और इन दे कंपनी ना मैं स्वागत करता जी का खालसा मैं पॉलिसी मैटर क्वेश्चन पूछना चाहना कि दिल्ली प्रबंधक कमेटी जी हाउ फार इज इट इंडिपेंडेंट ऑफ अमृतसर या दे आर डिपेंडेंट ऑन दैट और आर दे गेटिंग एनी ऑल द पॉलिसी I'm getting your question. ਤੁਹਾਡਾ ਕਹਿਣ ਦਾ ਭਾਵ ਹੈ ਜੀ ਕੀ ਉਹਨਾਂ ਨੂੰ ਕੋਈ ਐਸਜੀਪੀਸੀ ਦਾ ਪ੍ਰੈਸ਼ਰ ਜਾਂ ਫਿਰ ਅਕਾਲੀ ਦਲ ਬਾਦਲ ਉਹਨਾਂ ਦਾ ਕੋਈ ਪ੍ਰੈਸ਼ਰ ਐਜ਼ ਐਨ ਇੰਡੀਪੈਂਡੈਂਟ ਡੀਐਸਜੀਐਮਸੀ ਆਪਣੀ ਲੜਾਈ ਲੜਦੀ ਕਿ ਨਹੀਂ ਲੜਦੀ ਆਈ ਥਿੰਕ ਅ ਵੈਲਿਡ ਕੁਐਸਚਨ ਵੀ ਵਿਲ ਟ੍ਰਾਈ ਟੂ ਟੇਕ ਦਿਸ ਆਨਸਰ ਬਟ ਆਈ ਵਾਂਟ ਟੂ ਜਸਟ ਗੋ ਫਾਰ ਅ ਸ਼ਾਰਟ ਬ੍ਰੇਕ ਇੱਥੇ ਨਿੱਕੇ ਜਿਹੇ ਵਕਫਲੇ ਮੈਨੂੰ ਰੁਕਣਾ ਪੈ ਰਿਹਾ ਐਂਡ ਡੈਫੀਨੇਟਲੀ ਗੋਨਾ ਆਸਕ ਦਿਸ ਕੁਐਸਚਨ ਆਫਟਰ ਦਿਸ ਸ਼ਾਰਟ ਬ੍ਰੇਕ